ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ। ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਟਾਈਮ ਮੈਨੇਜਮੈਂਟ ਦੀ। ਜਿਹੜੇ ਸਾਥੀ PSTET, CTET, ਮਾਸਟਰ ਕਾਡਰ, ਲੈਕਚਰਾਰ ਦੇ ਇਗਜ਼ਾਮ ਦੀ ਪ੍ਰਿਪਰੇਸ਼ਨ ਕਰ ਰਹੇ ਆ, ਉਹਨਾਂ ਸਾਥੀਆਂ ਲਈ ਇਹ ਵੀਡੀਓ ਕਾਫੀ ਜ਼ਿਆਦਾ ਯੂਸਫੁੱਲ ਹੈ। ਸੋ ਇਸ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਸੁਣਿਓ ਅਤੇ ਸਮਝਿਓ। ਸਪੈਸ਼ਲੀ ਗੱਲ ਕਰਦੇ ਹਾਂ PSTET ਅਤੇ CTET ਐਸਪਰੈਂਟ ਦੀ। ਇਹ ਜਿਹੜਾ ਇਗਜ਼ਾਮ ਹੁੰਦਾ ਆ 150 ਨੰਬਰਾਂ ਦਾ ਇਗਜ਼ਾਮ ਹੁੰਦਾ। ਕਿੰਨੇ ਨੰਬਰਾਂ ਦਾ ਇਗਜ਼ਾਮ ਹੁੰਦਾ ਜੀ? 150 ਨੰਬਰਾਂ ਦਾ ਇਗਜ਼ਾਮ ਹੁੰਦਾ। ਅਤੇ ਇਗਜ਼ਾਮ ਤੋਂ ਬਾਅਦ ਸਟੂਡੈਂਟ ਅਕਸਰ ਇਹ ਗੱਲ ਕਰਦੇ ਆ ਕਿ ਸਰ ਮੈਂ ਕਾਫੀ ਸਾਰੇ ਕੁਐਸਚਨ ਅਟੈਂਪਟ ਨਹੀਂ ਕਰ ਪਾਇਆ ਜਾਂ ਫਿਰ ਨਹੀਂ ਕਰ ਪਾਈ। ਕਿਉਂ? ਕਿਉਂਕਿ ਮੇਰੇ ਕੋਲ ਟਾਈਮ ਘੱਟ ਗਿਆ ਸੀ। ਟਾਈਮ ਨਹੀਂ ਘਟਿਆ ਹੁੰਦਾ, ਟਾਈਮ ਉਨਾ ਹੀ ਮਿਲਿਆ ਹੁੰਦਾ ਸਾਰਿਆਂ ਨੂੰ। ਪਰ ਤੁਸੀਂ ਕਰਦੇ ਕੀ ਹੋ? ਇੱਕ ਪ੍ਰਸ਼ਨ 'ਤੇ ਜਦੋਂ ਤੁਸੀਂ 1 ਮਿੰਟ ਲਗਾਉਣਾ ਹੁੰਦਾ, ਹੋ ਸਕਦਾ ਤੁਸੀਂ ਇੱਕ ਕੁਐਸਚਨ 'ਤੇ ਤੁਸੀਂ 2 ਤੋਂ ਲੈ ਕੇ 3 ਮਿੰਟ ਲਗਾ ਦਿੱਤੇ ਹੁਣ, ਜਿਹਦੇ ਕਰਕੇ ਤੁਹਾਡਾ ਜਿਹੜਾ ਟਾਈਮ ਮੈਨੇਜਮੈਂਟ ਹੈ ਵਿਗੜ ਜਾਂਦਾ, ਐਂਡ ਜਿਹਦੇ ਕਰਕੇ ਲਾਸਟ 'ਤੇ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ, ਐਂਡ ਤੁਹਾਡੇ 10 ਤੋਂ ਲੈ ਕੇ 20 ਪ੍ਰਸ਼ਨ ਵੀ ਰਹਿ ਜਾਂਦੇ ਆ ਜਿਹੜੇ ਕਿ ਤੁਸੀਂ ਹੱਲ ਨਹੀਂ ਕੀਤੇ ਹੁੰਦੇ। ਸੋ ਇਹਦੇ ਕਰਕੇ ਤੁਹਾਨੂੰ ਤੁਹਾਡੀ ਪ੍ਰੀਖਿਆ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਆ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਕਿਵੇਂ ਡੀਲ ਕਰ ਸਕਦੇ ਹਾਂ, ਇਹਦੇ ਬਾਰੇ ਵੀ ਮੈਂ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰੂੰਗਾ। ਸੋ ਜਦੋਂ ਤੁਸੀਂ ਇਗਜ਼ਾਮ ਦਿੱਤਾ, ਜਦੋਂ ਤੁਸੀਂ ਇਗਜ਼ਾਮ ਦੇਣ ਜਾਂਦੇ ਹੋ, ਤੁਹਾਨੂੰ ਪਤਾ ਕਿ ਤੁਹਾਨੂੰ ਕਿੰਨੇ ਕੁਐਸਚਨ ਵੇਖਣ ਨੂੰ ਮਿਲਣਗੇ? 150 ਕੁਐਸਚਨ ਵੇਖਣ ਨੂੰ ਮਿਲਣਗੇ, ਅਤੇ 150 ਤੁਹਾਨੂੰ ਮਿੰਟ ਵੀ ਦਿੱਤੇ ਹੋਣੇ ਆ। ਅਤੇ ਤੁਹਾਡੇ ਜਿਹੜੇ ਸਬਜੈਕਟ ਹੈਗੇ ਆ ਇਹਦੇ ਵਿੱਚ, ਜਦੋਂ ਆਪਾਂ PSTET CTET ਇਗਜ਼ਾਮ ਦੀ ਗੱਲ ਕਰਦੇ ਹਾਂ, ਅਤੇ ਤੁਹਾਨੂੰ ਕਿੰਨੇ ਸਬਜੈਕਟ ਵੇਖਣ ਨੂੰ ਮਿਲਦੇ ਆ? ਪੇਪਰ 1 ਦੇ ਵਿੱਚ ਤਾਂ ਤੁਹਾਨੂੰ 5 ਸਬਜੈਕਟ ਵੇਖਣ ਨੂੰ ਮਿਲਦੇ ਆ। ਪੇਪਰ 1 ਦੀ ਜੇਕਰ ਆਪਾਂ ਗੱਲ ਕਰੀਏ, ਪੇਪਰ 1 ਦੇ ਵਿੱਚ ਜਿਵੇਂ ਕਿ CDP ਤੋਂ ਬਾਅਦ ਅੰਗਰੇਜ਼ੀ ਪੰਜਾਬੀ ਜਿਹੜਾ ਕਿ ਕਾਮਨ ਸੈਕਸ਼ਨ ਆਪਾਂ ਉਹਦੀ ਗੱਲ ਕਰ ਲੈਂਦੇ ਹਾਂ, ਅੰਗਰੇਜ਼ੀ ਪੰਜਾਬੀ, ਇਸ ਤੋਂ ਬਾਅਦ ਮੈਥਸ ਅਤੇ EVS, ਸਾਰਿਆਂ ਦੇ 30-30 ਪ੍ਰਸ਼ਨ ਵੇਖਣ ਨੂੰ ਮਿਲਦੇ ਆ। ਅਤੇ ਜਦੋਂ ਤੱਕ ਆਪਾਂ ਇਹਨਾਂ ਪ੍ਰਸ਼ਨਾਂ ਨੂੰ ਥਿਊਰੀ ਪੜ੍ਹਨ ਤੋਂ ਬਾਅਦ, ਇਹ ਸਾਰੀਆਂ ਗੱਲਾਂ ਮੈਂ ਕਰ ਰਿਹਾ ਤੁਹਾਡੀ ਪ੍ਰੀਖਿਆ ਤੋਂ ਪਹਿਲਾਂ ਦੀ, ਜਦੋਂ ਤੁਸੀਂ ਤਿਆਰੀ ਕਰ ਰਹੇ ਹੁੰਦੇ ਹੋ, ਕਿ ਜਦੋਂ ਤੱਕ ਤੁਸੀਂ ਥਿਊਰੀ ਨਹੀਂ ਪੜ੍ਹ ਲੈਂਦੇ, ਥਿਊਰੀ ਪੜ੍ਹਨ ਤੋਂ ਬਾਅਦ ਆਪਾਂ ਪ੍ਰੈਕਟਿਸ ਨਹੀਂ ਕਰਦੇ। ਕਿਹੜੀ ਪ੍ਰੈਕਟਿਸ ਦੀ ਮੈਂ ਗੱਲ ਕਰ ਰਿਹਾ? ਮੌਕ ਟੈਸਟ ਦੀ ਪ੍ਰੈਕਟਿਸ ਦੀ ਗੱਲ ਕਰ ਰਿਹਾ। ਐਂਡ ਕੋਈ ਜ਼ਰੂਰੀ ਨਹੀਂ ਕਿ ਮਾਰਕੀਟ ਦੇ ਵਿੱਚੋਂ ਤੁਸੀਂ ਟੈਸਟ ਸੀਰੀਜ਼ ਖਰੀਦ ਕੇ ਲੈ ਕੇ ਆਓ ਅਤੇ ਉਹਨੂੰ ਅਟੈਂਪਟ ਕਰਨ ਦੀ ਜ਼ਰੂਰਤ ਹੈ, ਉਹਦੀ ਵੀ ਕੋਈ ਜ਼ਰੂਰਤ ਨਹੀਂ। ਜਿਹੜੇ ਪ੍ਰੀਵੀਅਸ ਈਅਰ ਹੋਏ ਆ, ਮੰਨ ਲੈਂਦੇ ਹਾਂ ਕਿ 8 ਪ੍ਰੀਵੀਅਸ ਈਅਰ ਹੋਣਗੇ ਮਾਰਕੀਟ ਵਿੱਚ ਅਵੇਲੇਬਲ ਹੋਣਗੇ, ਤੁਸੀਂ ਉਹਨਾਂ 8 ਜਿਹੜੇ ਤੁਹਾਡੇ ਪ੍ਰੀਵੀਅਸ ਈਅਰ ਹੈਗੇ ਆ, ਇਹਨਾਂ ਨੂੰ ਐਜ਼ ਅ ਮੌਕ ਟੈਸਟ ਤੁਸੀਂ ਸੋਲਵ ਕਰ ਸਕਦੇ ਹੋ ਆਪਦੀ OMR ਸ਼ੀਟ 'ਤੇ। OMR ਸ਼ੀਟ ਮੈਂ ਟੈਲੀਗ੍ਰਾਮ ਚੈਨਲ 'ਤੇ ਸੈਂਡ ਕਰ ਦੂੰਗਾ। ਸੋ ਜਦੋਂ ਤੁਹਾਨੂੰ ਉਹ OMR ਸ਼ੀਟ ਪ੍ਰਾਪਤ ਹੋਗੀ, ਉਸ OMR ਸ਼ੀਟ 'ਤੇ ਤੁਸੀਂ ਵੇਖੋਗੇ ਕਿ 150 ਪ੍ਰਸ਼ਨ ਹੋਣੇ ਆ, ਐਂਡ ਤੁਸੀਂ ਆਪਦੇ ਮੋਬਾਈਲ ਫੋਨ ਤੋਂ ਜਾਂ ਫਿਰ ਆਪਦੀ ਵਾਚ ਤੋਂ ਟਾਈਮਰ ਲਗਾ ਦਿਓ। ਐਂਡ ਇਹ ਸਾਰੀਆਂ ਗੱਲਾਂ ਮੈਂ ਉਦੋਂ ਕਰ ਰਿਹਾ ਜਦੋਂ ਤੁਸੀਂ ਥਿਊਰੀ ਵਾਲੇ ਸਾਰੇ ਚੈਪਟਰ ਪੜ੍ਹ ਚੁੱਕੇ ਹੋ, ਥਿਊਰੀ ਵਾਲੀ ਤਿਆਰੀ ਤੁਸੀਂ ਕਰ ਚੁੱਕੇ ਹੋ ਆਪਦੀਆਂ ਕਿਤਾਬਾਂ ਦੇ ਵਿੱਚੋਂ, ਉਦੋਂ ਤੁਸੀਂ ਇਹ ਕੰਮ ਕਰਨਾ ਆ। ਅੱਜ ਦੇ ਟਾਈਮ ਤੁਸੀਂ ਤਿਆਰੀ ਕੋਈ ਨਹੀਂ ਕੀਤੀ, ਥਿਊਰੀ ਕੋਈ ਪੜ੍ਹੀ ਨਹੀਂ, ਫਿਰ ਤੁਸੀਂ ਟਾਈਮਰ ਲਗਾ ਕੇ ਬੈਠੋਗੇ, ਫਿਰ ਤੁਹਾਡੇ ਤੋਂ ਕੋਈ ਪ੍ਰਸ਼ਨ ਨਹੀਂ ਹੱਲ ਹੋਣਾ, ਉਹਦਾ ਕੋਈ ਫਾਇਦਾ ਨਹੀਂ। ਬਟ ਜਦੋਂ ਤੁਸੀਂ ਆਹ ਜਿਹੜੇ 8 ਸੀਗੇ, ਦਿਨ ਵਿੱਚ ਤੁਸੀਂ 1 ਸੋਲਵ ਕਰਨਾ ਹੀ ਕਰਨਾ ਆ, ਅਤੇ ਇਹ ਜਿਹੜਾ ਕੰਮ ਹੈਗਾ ਆ, ਜੇ ਤਾਂ ਤੁਹਾਡੇ ਕੋਲ ਕਾਫੀ ਟਾਈਮ ਪਿਆ, ਫਿਰ ਤਾਂ ਤੁਸੀਂ ਥਿਊਰੀ ਪੜ੍ਹਨ ਤੋਂ ਬਾਅਦ ਇਹ ਕੰਮ ਸ਼ੁਰੂ ਕਰਦੇ ਹੋ, ਕਿਉਂਕਿ ਜਦੋਂ ਤੁਸੀਂ ਪਹਿਲਾਂ ਸ਼ੁਰੂਆਤ ਕਰਤੀ, ਪ੍ਰੈਕਟਿਸ ਕਰਤੀ, ਕਿਉਂਕਿ ਤੁਹਾਡਾ ਜਿਹੜਾ ਪੇਪਰ ਹੁੰਦਾ ਆ ਉਹ ਆਫਲਾਈਨ ਹੁੰਦਾ ਪੇਪਰ, ਤੁਹਾਡਾ ਪੇਪਰ ਆਫਲਾਈਨ ਹੋਵੇਗਾ OMR ਸ਼ੀਟ 'ਤੇ। ਅਤੇ OMR ਸ਼ੀਟ ਦੇ ਵਿੱਚ ਆਪਾਂ ਕਈ ਵਾਰ ਕਰਦੇ ਕੀ ਹਾਂ, ਟਿੱਕਾਂ ਲਾਈ ਜਾਂਦੇ ਹਾਂ, ਅਤੇ ਲਾਸਟ 'ਤੇ ਜਦੋਂ ਗੋਲੇ ਭਰਦੇ ਹਾਂ, ਗੋਲਿਆਂ ਨੂੰ ਭਰਨ ਦੇ ਵਿੱਚ ਵੀ ਜਿਵੇਂ ਕਿ ਉੱਥੇ 4 ਡਾਟ ਲੱਗੇ ਹੁੰਦੇ ਆ, ਉਹਨਾਂ ਗੋਲਿਆਂ ਨੂੰ ਭਰਨ ਦੇ ਲਈ ਵੀ ਤੁਹਾਨੂੰ ਜ਼ਿਆਦਾ ਸਮਾਂ ਲੱਗਦਾ। ਸੋ ਇਹ ਜੇਕਰ ਪ੍ਰੈਕਟਿਸ ਤੁਸੀਂ ਪਹਿਲਾਂ ਨਾ ਕੀਤੀ ਹੋਊਗੀ, ਤੁਹਾਡੇ ਹੱਥੋਂ ਇਹ ਚੀਜ਼ਾਂ ਨਾ ਲੰਘੀਆਂ ਹੋਣਗੀਆਂ, ਸੋ ਇਗਜ਼ਾਮ ਦੇ ਵਿੱਚ ਡੈਫੀਨੇਟਲੀ ਤੁਹਾਨੂੰ ਕਾਫੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਊਗਾ। ਐਂਡ ਟਾਈਮ ਤਾਂ ਬਿਲਕੁਲ ਓਬਵੀਅਸ ਜੀ ਗੱਲ ਹੈ, ਜੇ ਤੁਸੀਂ ਪ੍ਰੈਕਟਿਸ ਨਾ ਕੀਤੀ ਹੋਊਗੀ ਤਾਂ ਤੁਹਾਡਾ ਜਿਹੜਾ ਟਾਈਮ ਹੈਗਾ ਸੀ ਉਹ ਵੀ ਘੱਟ ਜਾਏਗਾ। ਕਈ ਵਾਰ ਸਟੂਡੈਂਟ ਪੁੱਛ ਲੈਂਦੇ ਆ ਕਿ ਸਰ ਜਿਹੜੇ ਪੈਰਾਗ੍ਰਾਫ ਹੈਗੇ ਆ ਹਿੰਦੀ, ਪੰਜਾਬੀ, ਅੰਗਰੇਜ਼ੀ, ਇਹਨਾਂ ਨੂੰ ਹੱਲ ਕਰਨ ਦੇ ਵਿੱਚ ਬਹੁਤ ਸਮੱਸਿਆ ਆਉਂਦੀ ਹੈ। ਸੋ ਕੋਈ ਗੱਲ ਨਹੀਂ, ਜੇ ਤੁਸੀਂ ਅੱਜ ਤੋਂ ਸ਼ੁਰੂਆਤ ਕਰੋਗੇ, ਫਿਰ ਹੀ ਤੁਹਾਨੂੰ ਜਿਹੜਾ ਰਿਜ਼ਲਟ ਹੈਗਾ ਜੀ ਆਉਣ ਵਾਲੇ ਟਾਈਮ ਵਿੱਚ ਵੇਖਣ ਨੂੰ ਮਿਲੂਗਾ। ਸੋ ਇਹ ਗੱਲ ਸੀਗੀ ਕਿ ਜਦੋਂ ਤੱਕ ਤੁਸੀਂ ਪ੍ਰੈਕਟਿਸ ਨਾ ਕਰੋਗੇ, ਜਿੰਨੇ ਵੀ ਤੁਹਾਡੇ ਥਿਊਰੀ ਵਾਲੇ ਲੈਸਨ ਹੈਗੇ ਆ, ਸਬਜੈਕਟ ਹੈਗੇ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਪੜ੍ਹਨ ਤੋਂ ਬਾਅਦ, ਇਹ ਮੈਂ ਪੇਪਰ 1 ਦੀ ਗੱਲ ਕੀਤੀ ਸੀਗੀ,
ਇਸੇ ਤਰ੍ਹਾਂ ਹੀ ਪੇਪਰ 2 ਵਾਲੇ ਜਿਹੜੇ ਕੈਂਡੀਡੇਟ ਹੈਗੇ ਆ ਮੈਥ ਸਾਇੰਸ ਦੇ, SST ਦੇ, ਪੰਜਾਬ ਟੈਟ ਦੇ ਵਿੱਚ ਮਿਊਜ਼ਿਕ, ਫਿਜ਼ੀਕਲ ਐਜੂਕੇਸ਼ਨ, ਹੋਮ ਸਾਇੰਸ, ਇਹਨਾਂ ਸਾਰੇ ਸਾਥੀਆਂ ਦੀ ਮੈਂ ਇਨਕਲੂਡਿੰਗ ਗੱਲ ਕਰ ਰਿਹਾ ਕਿ ਤੁਸੀਂ ਸਾਰੇ ਸਾਥੀਓ ਆਪਦੇ ਸਬਜੈਕਟ 'ਤੇ ਪਕੜ ਬਣਾ ਕੇ ਰੱਖੋ, ਵਧੀਆ ਉਹਨਾਂ ਦੀ ਤਿਆਰੀ ਕਰੋ। ਐਂਡ ਜਦੋਂ ਤੁਹਾਨੂੰ ਲੱਗਦਾ ਕਿ ਮੈਂ ਥਿਊਰੀ ਪੜ੍ਹ ਚੁੱਕਿਆ, ਕਈ ਵਾਰ ਸਟੂਡੈਂਟ ਨੂੰ ਡਾਊਟ ਹੁੰਦਾ ਨਾ ਕਿ ਯਾਰ ਮੈਂ ਤਾਂ ਸੈਲਫ ਸਟੱਡੀ ਕੀਤੀ ਆ, ਕੀ ਪਤਾ ਮੇਰਾ ਪੇਪਰ ਕਲੀਅਰ ਹੋਣਾ ਕਿ ਨਹੀਂ ਹੋਣਾ। ਬਟ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ, ਵੈਸੇ ਤਾਂ ਮੈਂ ਡੇਲੀ ਦੀ ਛੋਟੀ ਛੋਟੀ ਵੀਡੀਓਜ਼ ਬਣਾ ਕੇ ਤੁਹਾਨੂੰ ਮੈਂ ਨਵੀਆਂ ਨਵੀਆਂ ਗੱਲਾਂ ਦੱਸਣ ਦੀ ਕੋਸ਼ਿਸ਼ ਕਰਦਾ, ਇੱਕ ਸਾਥੀ ਨੇ ਕੱਲ੍ਹ ਕਿਹਾ ਸੀਗਾ ਕਿ ਸਰ ਤੁਸੀਂ ਉਹ ਗੱਲਾਂ ਦੱਸ ਦਿਓ ਜਿਹੜੀਆਂ ਕਿ ਸਾਨੂੰ ਪਤਾ ਹੁੰਦੀਆਂ, ਅਤੇ ਮੈਂ ਉਹਨੂੰ ਇੱਕੋ ਗੱਲ ਕਹੀ ਸੀਗੀ ਕਿ ਹੋ ਸਕਦਾ ਕਿ 2-4 ਜਣਿਆਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੋਵੇ, ਹੋ ਸਕਦਾ 100 ਜਣਿਆਂ ਨੂੰ ਪਤਾ ਹੋਵੇ, ਬਟ ਕਾਫੀ ਸਾਰੇ ਸਾਥੀ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਨੂੰ ਬੇਸਿਕ ਤੋਂ ਚੀਜ਼ਾਂ ਦੱਸਣੀਆਂ ਪੈਂਦੀਆਂ, ਕਿਉਂਕਿ ਆਪਣੇ ਚੈਨਲ 'ਤੇ ਨਵੇਂ ਨਵੇਂ ਸਾਥੀ ਵੀ ਜੁੜਦੇ ਰਹਿੰਦੇ ਆ। ਐਂਡ ਕਈ ਵਾਰ ਆਪਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਆਪਾਂ ਇਹਨਾਂ ਗੱਲਾਂ ਨੂੰ ਫੋਲੋ ਨਹੀਂ ਕਰਦੇ। ਟਾਈਮ ਮੈਨੇਜਮੈਂਟ ਬਹੁਤ ਜ਼ਿਆਦਾ ਜ਼ਰੂਰੀ ਆ, 150 ਕੁਐਸਚਨ ਹੁੰਦੇ ਆ, 150 ਮਿੰਟ ਮਿਲਦੇ ਆ ਤੁਹਾਨੂੰ, ਲਗਭਗ 2.5 ਘੰਟੇ ਇਹਨਾਂ ਨੂੰ ਤੁਸੀਂ ਕਨਵਰਟ ਕਰ ਲਿਓ, ਅਤੇ ਇਹਨਾਂ 2.5 ਘੰਟਿਆਂ ਦੇ ਵਿੱਚ ਹੀ ਆਪਾਂ ਟਾਈਮ ਨੂੰ ਮੈਨੇਜ ਕਰਕੇ ਚੱਲਣਾ ਹੁੰਦਾ। ਕੁਝ ਕੁਐਸਚਨ ਤਾਂ ਇਹੋ ਜਿਹੇ ਹੁੰਦੇ ਆ, PS ਟੈਟ ਦੇ ਐਗਜ਼ਾਮ ਦੀ ਗੱਲ ਕਰੀਏ ਤਾਂ PS ਟੈਟ ਦੇ ਐਗਜ਼ਾਮ ਦੇ ਵਿੱਚ ਮੈਕਸਿਮਮ ਸਟੈਟਿਕ ਬੇਸਡ ਪ੍ਰਸ਼ਨ ਹੁੰਦੇ ਆ, ਭਾਵ ਇਹ ਕਿ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਰੀਜ਼ਨਿੰਗ ਕਰਨ ਦੀ ਲੋੜ ਨਹੀਂ ਪੈਂਦੀ, ਅਤੇ ਆਪਾਂ ਕਈ ਵਾਰ ਇੱਕ ਪ੍ਰਸ਼ਨ 'ਤੇ 20 ਤੋਂ ਲੈ ਕੇ 30 ਸੈਕਿੰਡ ਵੀ ਲਗਾ ਦਿੰਦੇ ਹਾਂ, 20 ਤੋਂ 30 ਸੈਕਿੰਡ ਵੀ ਲਗਾ ਦਿੰਦੇ ਹਾਂ ਕਿਸੇ ਕਿਸੇ ਪ੍ਰਸ਼ਨ ਦੇ ਵਿੱਚ। ਅਤੇ ਕੋਈ ਕੋਈ ਇਹੋ ਜਿਹਾ ਪ੍ਰਸ਼ਨ ਹੁੰਦਾ ਆ ਜਿਵੇਂ ਕਿ ਮੈਥ ਵਾਲੇ ਸਟੂਡੈਂਟ ਹੋ ਗਏ ਜਾਂ ਫਿਰ CDP ਦਾ ਕੋਈ ਰੀਜ਼ਨਿੰਗ ਬੇਸਡ ਪ੍ਰਸ਼ਨ ਆ ਗਿਆ ਜਿਹਨੂੰ ਆਪਾਂ ਪੜ੍ਹਦੇ ਹਾਂ ਅਤੇ ਉਹ ਆਪਣੇ ਤੋਂ ਹੱਲ ਨਹੀਂ ਹੁੰਦਾ, ਅਤੇ ਆਪਾਂ ਉਹਦੇ 'ਤੇ ਹੀ ਮੱਥਾ ਮਾਰੀ ਜਾਂਦੇ ਹਾਂ। ਇਹ ਕੰਮ ਤੁਸੀਂ ਬਿਲਕੁਲ ਨਹੀਂ ਕਰਨਾ, ਜੇਕਰ ਨਹੀਂ ਆਉਂਦਾ ਤੁੱਕਾ ਲਗਾ ਦਿਓ ਜਾਂ ਫਿਰ ਜਿਵੇਂ ਵੀ ਉਸ ਪ੍ਰਸ਼ਨ ਨੂੰ ਛੱਡ ਕੇ ਅੱਗੇ ਤੁਰ ਜਾਓ ਤੁਸੀਂ, ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਉਹਨੂੰ ਤੁਸੀਂ ਹੱਲ ਕਰਨਾ ਸਟਾਰਟ ਕਰ ਦਿਓ। ਇਸੇ ਤਰ੍ਹਾਂ ਹੀ ਜੇ ਮੈਂ ਗੱਲ ਕਰਾਂ CTET ਦੇ ਵਿੱਚ, ਪਿਛਲੇ ਕੁਝ ਟਾਈਮ ਤੋਂ CTET ਦੇ ਵਿੱਚ ਜਿਹੜੇ ਪ੍ਰਸ਼ਨ ਪੁੱਛੇ ਜਾ ਰਹੇ ਆ ਉਹਨਾਂ ਦਾ ਜਿਹੜਾ ਸੈਂਟੈਂਸ ਹੁੰਦਾ ਨਾ ਕਾਫੀ ਵੱਡੇ ਸੈਂਟੈਂਸ ਹੁੰਦੇ ਆ, ਅਤੇ ਉਹਨਾਂ ਪ੍ਰਸ਼ਨਾਂ ਨੂੰ ਤੁਸੀਂ ਕੋਈ ਵੀ ਮਾਰਕੀਟ ਦੇ ਵਿੱਚੋਂ ਨਾ ਇੱਕ ਆਰ ਗੁਪਤਾ ਦੀ ਕਿਤਾਬ ਹੁੰਦੀ ਆ, 200-300 ਦੀ ਕਿਤਾਬ ਹੋਣੀ ਆ, ਤੁਸੀਂ ਉਹ ਜ਼ਰੂਰ ਮੰਗਾ ਲਓ। ਬਾਕੀ ਇੱਕ ਜਿਹੜੀ PDF ਹੈਗੀ ਆ OMR ਸ਼ੀਟ ਵਾਲੀ ਉਹ ਮੈਂ ਟੈਲੀਗ੍ਰਾਮ ਚੈਨਲ 'ਤੇ ਭੇਜ ਦੂੰਗਾ, ਤੁਸੀਂ 15-20 ਜਾਇਓ ਕੈਫੇ 'ਤੇ ਨਾ ਤੁਸੀਂ ਜਾ ਕੇ ਉਹ ਪ੍ਰਿੰਟ ਆਊਟ ਕਢਵਾ ਲਿਓ, ਉਹ ਰੁਪਈਆ ਲੈਣਗੇ ਇੱਕ ਫੋਟੋ ਦਾ, ਕਿਸੇ ਵੀ ਕੈਫੇ 'ਤੇ ਜਾ ਕੇ 20-25 ਪੇਜ ਕਢਵਾ ਲਿਓ, ਅਤੇ ਡੇਲੀ ਦਾ ਤੁਸੀਂ ਇੱਕ ਜਿਹੜਾ ਪ੍ਰੈਕਟਿਸ ਸੈੱਟ ਹੈਗਾ ਜੀ ਉਹ ਜ਼ਰੂਰ ਲਗਾਉਣਾ ਆ। ਅਤੇ ਗੱਲ ਇਹ ਵੀ ਆਉਂਦੀ ਹੈ ਕਿ ਸਰ ਇਹ ਤਾਂ ਸਿਰਫ 8 ਪ੍ਰਸ਼ਨ ਹੋਣਗੇ, ਮਤਲਬ 8 ਜਿਹੜੇ ਮੌਕ ਟੈਸਟ ਹੈਗੇ ਜੀ ਪ੍ਰੀਵੀਅਸ ਈਅਰ ਵਾਲੇ ਉਹ ਵੇਖਣ ਨੂੰ ਮਿਲਣਗੇ, ਬਟ ਜਿਹੜੀ ਤੁਸੀਂ ਕਿਤਾਬ ਲਿਆਂਦੀ ਹੋਣੀ ਹੈ ਇਨਕਲੂਡਿੰਗ ਜਿਹੜੀ ਮੈਂ CTET ਦੀ ਗੱਲ ਕਰ ਰਿਹਾ ਕਿ CTET ਦੇ ਜਿੰਨੇ ਵੀ ਪ੍ਰੀਵੀਅਸ ਈਅਰ ਹੈਗੇ ਆ। ਕਈ ਵਾਰ ਸਟੂਡੈਂਟ ਨੂੰ ਇਹ ਵੀ ਕਨਫਿਊਜ਼ਨ ਹੁੰਦੀ ਹੈ ਕਿ ਸਰ ਮੈਂ ਤਿਆਰੀ ਦਾ PS ਟੈਟ ਦੀ ਕਰ ਰਿਹਾ ਅਤੇ ਮੈਂ CTET ਦੇ ਪ੍ਰਸ਼ਨ ਕਿਉਂ ਹੱਲ ਕਰਾਂ, ਕਿਉਂਕਿ ਇਹਨਾਂ ਦਾ ਸਿਲੇਬਸ ਤਾਂ ਮਿਲਦਾ ਜੁਲਦਾ ਹੀ ਹੁੰਦਾ। ਜੇ ਤੁਸੀਂ CTET ਦੇ ਪੇਪਰ ਵੱਲ ਜ਼ਿਆਦਾ ਧਿਆਨ ਦਿੰਦੇ ਹੋ ਤਾਂ ਡੈਫੀਨੇਟਲੀ ਉਹ ਸਾਰੀਆਂ ਚੀਜ਼ਾਂ ਤੁਹਾਨੂੰ PS ਟੈਟ ਦੇ ਐਗਜ਼ਾਮ ਦੇ ਵਿੱਚ ਵੀ ਹੈਲਪ ਕਰਨਗੀਆਂ, ਸੋ ਇਹ ਬਿਲਕੁਲ ਨਾ ਸੋਚਿਓ। ਸੋ CTET ਦੇ ਪ੍ਰੀਵੀਅਸ ਈਅਰ ਵਾਲੀ ਕਿਤਾਬ ਵੀ ਮੰਗਾ ਲਓ, PS ਟੈਟ ਦੇ ਪ੍ਰੀਵੀਅਸ ਈਅਰ ਕਿਤਾਬ ਵੀ ਮੰਗਾ ਲਓ। ਥਿਊਰੀ ਪੜ੍ਹਨ ਤੋਂ ਬਾਅਦ NCERT ਪੰਜਾਬ ਬੋਰਡ ਦੀਆਂ ਕਿਤਾਬਾਂ ਐਂਡ ਆਪਣੇ ਚੈਨਲ 'ਤੇ ਕਾਫੀ ਸਾਰੀਆਂ ਥਿਊਰੀ ਵਾਲੀਆਂ CDP ਦੀਆਂ ਵੀਡੀਓਜ਼ ਵੀ ਪਈਆਂ ਹੋਈਆਂ ਨੇ, SST ਦੀਆਂ ਵੀ ਵੀਡੀਓਜ਼ ਪਈਆਂ ਹੋਈਆਂ ਨੇ। ਜੇਕਰ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਲੈਂਦੇ ਹੋ ਐਂਡ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹੀਆਂ ਕਿ ਤੁਸੀਂ ਇਸ ਤਰ੍ਹਾਂ ਤਿਆਰੀ ਕਰੋ, ਤੁਹਾਡਾ ਡੈਫੀਨੇਟਲੀ ਜਦੋਂ ਵੀ ਤੁਹਾਡਾ PS ਟੈਟ ਦਾ ਪੇਪਰ ਆਵੇ, CTET ਦਾ ਚਲੋ 7 ਜੁਲਾਈ ਨੂੰ ਹੀ ਪੇਪਰ ਆ, ਜਦੋਂ ਵੀ ਪੇਪਰ ਆਊਗਾ ਤੁਸੀਂ ਉਸ ਪੇਪਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ, ਬਹੁਤ ਹੀ ਵਧੀਆ ਨੰਬਰਾਂ ਨਾਲ ਪੇਪਰ ਕਲੀਅਰ ਹੋ ਜਾਊਗਾ, ਫਿਰ ਹੀ ਤੁਸੀਂ ਅੱਗੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ, TGT ਐਗਜ਼ਾਮ ਦੀ ਜਾਂ ਫਿਰ ਮਾਸਟਰ ਕਾਡਰ ਐਗਜ਼ਾਮ ਦੀ, ਕਿਉਂਕਿ ਤੁਹਾਡੀ BEd ਜਾਂ ਫਿਰ ETT ਕਰੇ ਦਾ ਉਦੋਂ ਤੱਕ ਕੋਈ ਫਾਇਦਾ ਨਹੀਂ ਜਦੋਂ ਤੱਕ ਤੁਸੀਂ ਟੈਟ ਦੀਆਂ ਜਿਹੜੀਆਂ ਪ੍ਰੀਖਿਆਵਾਂ ਨੇ ਉਹ ਪਾਸ ਨਹੀਂ ਕਰਦੇ। ਕਿਸੇ ਵੀ ਟੀਚਿੰਗ ਕੈਂਡੀਡੇਟ ਲਈ ਸਭ ਤੋਂ ਪਹਿਲੀ ਜਿਹੜੀ ਪੌੜੀ ਹੁੰਦੀ ਹੈ ਸਫਲਤਾ ਦੀ, ਉਹ ਕਿਹੜੀ ਹੁੰਦੀ ਹੈ? ਜਦੋਂ ਤੁਸੀਂ ਇਹਨਾਂ ਟੈਟ ਵਰਗੀਆਂ ਪ੍ਰੀਖਿਆਵਾਂ ਨੂੰ ਪਾਸ ਕਰਦੇ ਹੋ। ਬਾਕੀ ਉਮੀਦ ਤਾਂ ਮੈਂ ਇਹੀ ਕਰੂੰਗਾ, ਇਸ ਵੀਡੀਓ ਦੇ ਵਿੱਚ ਕਾਫੀ ਕੁਝ ਸਮਝਾਉਣ ਦੀ ਮੈਂ ਕੋਸ਼ਿਸ਼ ਕੀਤੀ ਹੈ। ਬਾਕੀ ਜਿਨ੍ਹਾਂ ਸਾਥੀਆਂ ਨੂੰ ਵੀਡੀਓ ਹੈਲਪਫੁਲ ਲੱਗੀ ਹੋਵੇ, ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਲਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਆਪਦੇ ਦੋਸਤਾਂ ਤੋਂ ਵੀ ਜ਼ਰੂਰ ਸਬਸਕ੍ਰਾਈਬ ਕਰਵਾਇਓ ਆਪਣੇ ਇਸ ਚੈਨਲ ਨੂੰ। ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ ਸੋ ਮੱਚ ਫੋਰ ਵਾਚਿੰਗ। ਗੋਡ ਬਲੈਸ ਯੂ ਆਲ।